ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Question कह रहे हैं, find HCF of the following numbers 18, 54 and 81. सानू HCF कटने 18, 54 और 81 दा। HCF का मतलब होता है highest common factor. Highest common factor का मतलब होया कि असी तीनों नंबर दे पहला factors कटेंगे और उस तो बाद देखेंगे कि केड़ा उनाच common factor है। ਇਸ ਮੈਥਡ ਨੂੰ ਕਿਹਾ ਜਾਂਦਾ ਹੈ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ, ਜਿਹਦੇ ਨਾਲ ਅਸੀਂ HCF ਉਹਨੇ ਕੱਢਾਂਗੇ। ਤੇ ਸਭ ਤੋਂ ਪਹਿਲਾਂ ਆਪਾਂ 18 ਦੇ ਪ੍ਰਾਈਮ ਫੈਕਟਰ ਕੱਢ ਲੈਂਦੇ ਹਾਂ ਤੇ ਇਹ 2 ਨਾਲ ਜਾਏਗਾ ਕਿਉਂਕਿ ਇਹ ਇਵਨ ਨੰਬਰ ਹੈ, 2 ਨਾਲ 9 ਵਾਰੀ ਡਿਵਾਈਡ ਹੋਏਗਾ। ਫਿਰ ਇਹ 3 ਨਾਲ ਜਾਏਗਾ, 3 ਨਾਲ 3 ਵਾਰੀ ਜਾਏਗਾ ਔਰ 3 ਇੱਕ ਪ੍ਰਾਈਮ ਨੰਬਰ ਹੈ, ਅੱਗੇ ਇਹ ਡਿਵਾਈਡ ਨਹੀਂ ਹੋਏਗਾ। ਹੁਣ ਦੂਜਾ ਨੰਬਰ ਹੈ 54, ਇਹਦਾ ਅਸੀਂ ਪ੍ਰਾਈਮ ਫੈਕਟਰ ਕੱਢਾਂਗੇ ਤੇ ਇਹ ਵੀ ਈਵਨ ਨੰਬਰ ਹੈ, 2 ਨਾਲ ਜਾਏਗਾ। ਇਹ 27 ਵਾਰੀ ਗਿਆ, ਫਿਰ ਇਹ 3 ਨਾਲ ਡਿਵਾਈਡ ਹੋਏਗਾ 9 ਵਾਰੀ, ਫਿਰ ਇਹ 3 ਨਾਲ ਡਿਵਾਈਡ ਹੋਏਗਾ। ਹੁਣ ਆਪਾਂ 81 ਦਾ ਕੱਢਨੇ ਆ ਪ੍ਰਾਈਮ ਫੈਕਟਰ, ਇਹ 3 ਨਾਲ ਡਿਵਾਈਡ ਹੋਏਗਾ 27 ਵਾਰੀ, ਫਿਰ ਇਹ 3 ਨਾਲ ਜਾਏਗਾ 9 ਵਾਰੀ, ਫਿਰ ਇਹ 3 ਨਾਲ ਜਾਏਗਾ। ਹੁਣ ਆਪਾਂ ਸਭ ਦੇ ਫੈਕਟਰਸ ਇੱਥੇ ਲਿਖ ਲੈਣੇ ਆ। ਇਹ ਹੋ ਜਾਏਗਾ ਫੈਕਟਰਸ ਆਫ 18, ਇਹ ਬਰਾਬਰ ਹੋ ਜਾਏਗਾ 2 ਗੁਣਾ 3 ਗੁਣਾ 3। ਆਪਾਂ 54 ਦੇ ਵੀ ਲਿਖ ਲੈਂਦੇ ਆ, ਫੈਕਟਰਸ ਆਫ 54 ਇਹ ਹੋ ਜਾਏਗਾ 2 ਗੁਣਾ 3 ਗੁਣਾ 3 ਗੁਣਾ 3। 81 ਦੇ ਫੈਕਟਰਸ ਹੋ ਜਾਣਗੇ ਫੈਕਟਰਸ ਆਫ 81 हो जाएंगे, 4 बारी 3 हो जाएगा, 3 गुना 3 गुना 3 गुना 3। हुन आपां इह तीनों नंबर्स वेख लांगे कि केड़े केड़े कॉमन ने। इह दो नाल ते 2 है पर इहदे च नहीं है 2, इसलिए इह 2 नहीं होएगा। फिर इह 3 इहदे च भी है, इहदे च भी है, इह तीनां च कॉमन ने, फिर आपां इहनूं ले लांगे। फिर इह 3 ਤਿੰਨਾ ਚ ਲੈ ਲਿਆ। ਆਪਾਂ ਦਾ ਜਿਹੜਾ HCF ਹੋਏਗਾ ਇਹ ਕਾਮਨ ਫੈਕਟਰ ਹੀ ਹੋਏਗਾ, ਇਹਦਾ ਪ੍ਰੋਡਕਟ HCF ਹੋ ਜਾਏਗਾ 3 ਗੁਣਾ 3। ਇਹ ਕਾਮਨ ਜਿਹੜਾ ਹੈ ਉਹ 3 ਔਰ ਇਹ ਜਿਹੜਾ ਕਾਮਨ ਹੈ ਇਹ ਬਰਾਬਰ ਹੋ ਜਾਏਗਾ 9 ਦੇ। ਇਹੀ HCF ਹੋਏਗਾ 18, 54 ਔਰ